Malaysia, Pakistan, USA, UK, Australia, France, Hong Kong, Norway, and many other countries. Please put your hands together for Mr. Ravneet Singh. ਕੀ ਹਾਲ ਹੈ ਜੀ ਸਾਰਿਆਂ ਦਾ? ਮੈਨੂੰ ਲੱਗਿਆ ਤੁਹਾਡੇ ਨਾਲ ਤੁਹਾਡੀ ਲੈਂਗੁਏਜ 'ਚ ਗੱਲ ਕਰਨੀ ਚਾਹੀਦੀ ਆ। ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਇੱਥੇ ਵੰਗਾਰਨ ਆਇਆ ਕਿ ਮੈਂ ਜੋ 10 ਸਾਲ 'ਚ ਦੇਖ ਲਿਆ, ਸਮਝ ਲਿਆ, ਤੁਹਾਨੂੰ ਸਾਰਾ ਕੁਝ ਭੁਗਤਣਾ ਪੈਣਾ। ਜਿਵੇਂ ਪੰਨੂ ਸਰ ਕਹਿ ਰਹੇ ਸੀਗੇ ਕਿ ਅਗਲੇ 10 ਸਾਲ ਦਾ ਟਾਈਮ ਇਜ਼ ਗੋਇੰਗ ਟੂ ਬੀ ਮੋਸਟ ਸਫਰਿੰਗ ਟਾਈਮ ਐਂਡ ਇਟ ਇਜ਼ ਦ ਬੈਸਟ ਓਪਰਚੁਨਿਟੀ ਐਸ ਵੈਲ। ਹਾਂਜੀ, ਐਨੀਬਡੀ ਦੇਰ? ਬੱਬੀ ਬੇਕਰ, ਤੁਸੀਂ ਬੋਲਦੇ ਐਨੀਬਡੀ ਹੇਅਰ? ਹਾਂ, ਯੂ ਹੈਵ ਟੂ ਦੇਅਰ ਨਾ। ਦੇਖੋ ਇੱਕ ਗੱਲ ਹੋਰ, ਜਦੋਂ ਸਰ ਨੇ ਪੁੱਛਿਆ ਨਾ ਉਦੋਂ ਵੀ, ਸਰ ਹੁਣ ਪੁੱਛੋ ਇੱਕ ਵਾਰ, ਐਨੀਬਡੀ ਹੇਅਰ? ਥੈਂਕ ਯੂ, ਥੈਂਕ ਯੂ। ਮੇਰਾ ਤਾਂ ਇੱਕੋ ਸਵਾਲ ਹੈ, ਪਹਿਲਾ ਜਿਹੜਾ ਜ਼ਬਰਦਸਤ ਹੈ, ਬਟਰ ਚਿਕਨ ਕਿਹਨੂੰ ਪਸੰਦ ਆ? ਬਟ ਦ ਬੈਡ ਨਿਊਜ਼, ਅਗਲੇ 10 ਸਾਲਾਂ ਚ ਮੈਂ ਗਰੰਟੀ ਨਹੀਂ ਲੈਂਦਾ ਤੁਸੀਂ ਬਟਰ ਚਿਕਨ ਖਾ ਰਹੇ ਹੋਵੋਗੇ। ਇਹ ਕਲਾਈਮੇਟ ਚੇਂਜ ਹੈ, ਦਿਸ ਇਜ਼ ਕਲਾਈਮੇਟ ਚੇਂਜ। ਹੁਣ ਤੁਸੀਂ ਪੁੱਛੋਗੇ ਬਟਰ ਚਿਕਨ ਦਾ ਕੀ ਲੈਣ ਦੇਣ ਹੈ ਜੀ? ਇੱਕ ਸਿੰਪਲ ਜੀ ਗੱਲ, ਛੋਟੀ ਜੀ ਇੱਕ ਮਿੰਟ ਦੀ ਅਟੈਂਸ਼ਨ ਦੇ ਦੇਣਾ। ਜਿਨ੍ਹਾਂ ਲੋਕਾਂ ਨੂੰ ਕੰਸਰਨ ਹੈ ਜਾਂ ਨਹੀਂ ਹੈ, ਡੈਫੀਨੇਸ਼ਨ ਪਤਾ ਜਾਂ ਨਹੀਂ ਪਤਾ ਵਾਟ ਇਜ਼ ਕਲਾਈਮੇਟ ਚੇਂਜ, ਸਿਰਫ ਇੰਨਾ ਮਹਿਸੂਸ ਕਰ ਲਓ ਕਿ ਧਰਤੀ ਦੀ ਇੱਕ ਟੌਪ ਸੋਇਲ ਹੈ 6-7-8 ਇੰਚ, ਜਿਹਨੂੰ ਹਰ 10 ਸਾਲ ਦੇ ਵਿੱਚ ਹਾਈ ਡਿਗਰੀ ਟੈਂਪਰੇਚਰ ਫੇਸ ਕਰਨਾ ਪੈ ਰਿਹਾ। ਜਿਵੇਂ ਤੁਹਾਡੀ ਚਮੜੀ ਨੂੰ ਮੈਂ ਧੁੱਪੇ ਲੈ ਜਾਵਾਂ ਤੇ ਤੁਹਾਡੇ ਕੀ ਹੋਊਗਾ? ਸਨਬਰਨ, ਟੈਨਿੰਗ। ਉਦਾਂ ਹੀ ਧਰਤੀ ਦੀ ਜਿਹੜੀ ਜ਼ਮੀਨ ਹੈ, ਉੱਪਰਲੀ ਸਤਹ ਹੈ, ਉਹਨੂੰ ਹਾਈ ਡਿਗਰੀ ਟੈਂਪਰੇਚਰ, ਜਿਵੇਂ ਗਲੋਬਲ ਵਾਰਮਿੰਗ ਵੱਧ ਰਹੀ ਹੈ, ਉਹਦੇ ਨਾਲ ਨਤੀਜਾ ਕੀ ਨਿਕਲਦਾ? ਉੱਪਰਲੀ ਲੇਅਰ 'ਚ ਪਾਣੀ ਸੁੱਕ ਜਾਂਦਾ। ਗੈਟਿੰਗ ਮੀ? ਕੀ ਸੁੱਕਦਾ? ਤਾਂ ਉਹਦੇ ਨਾਲ ਕ੍ਰੌਪ ਦੀ ਲੈਵਲ ਕੀ ਜਾਊਗੀ? ਪ੍ਰੋਡਕਸ਼ਨ ਦੀ ਲੈਵਲ ਡਾਊਨ ਜਾਏਗੀ। ਕਿੱਦਾਂ ਜਾਊਗੀ? ਤੇ ਮੁਰਗੀਆਂ ਨੇ ਕੀ ਖਾਣਾ? ਦਾਣੇ। ਬੋਲੋ ਸਾਰੇ ਸਿਆਣੇ, ਕੀ ਖਾਣਾ? ਜੇ ਮੁਰਗੀਆਂ ਦਾਣਾ ਨਹੀਂ ਖਾਣਗੀਆਂ, ਤੁਹਾਡਾ ਬਟਰ ਚਿਕਨ? ਤੋ ਚਾਹੇ ਬਾਬਾ ਚਿਕਨ ਹੈ ਜਾਂ ਅਮਨ ਚਿਕਨ ਹੈ, ਫੋਰਗੈਟ ਇਟ। ਸੋ ਦਿਸ ਇਜ਼ ਦ ਬੈਡ ਨਿਊਜ਼, ਫਸਟ ਬੈਡ ਨਿਊਜ਼, ਯੋਰ ਫੂਡ ਹੈਬਿਟਸ ਆਰ ਗੋਇੰਗ ਟੂ ਚੇਂਜ। ਤੇ ਯੂਥ ਜਿਹੜੀ ਹੈ, ਜਿਹੜੇ ਤੁਸੀਂ ਇੱਥੇ ਬੈਠੇ ਹੋ ਨਾ, ਤੁਸੀਂ ਹੀ ਚੇਂਜ ਹੋ। ਜੇ ਅੱਜ ਅਡੈਪਟ ਕਰੋਗੇ, ਅਡੈਪਟੇਸ਼ਨ ਮੀਨਸ ਢਾਲ ਜਾਣਾ, ਜੋ ਹੋ ਰਿਹਾ ਉਹਦੇ ਅਨੁਸਾਰ ਆਪਣਾ ਜੀਵਨ ਢਾਲਣਾ। ਜੇ ਅੱਜ ਅਡੈਪਟ ਕਰ ਲਿਆ ਤਾਂ ਛਾ ਜਾਓਗੇ, ਨਹੀਂ ਤਾਂ ਫਿਰ ਬਟਰ ਚਿਕਨ ਮਿਲਣਾ ਨਹੀਂ ਤੇ ਮੂੰਗੀ ਦੀਆਂ ਦਾਲਾਂ ਖਾਓਗੇ। ਗੈਟਿੰਗ ਮੀ? ਓਕੇ। 16 ਸਾਲ ਦੀ ਇੱਕ ਕੁੜੀ ਮਿਲੀ ਮੈਨੂੰ ਰੋਮ ਵਿੱਚ 2015 ਚ, ਇੱਕ ਯੂਥ ਕੰਕਲੇਵ ਸੀ ਇੱਦਾਂ ਹੀ, ਪਰ ਤੁਸੀਂ 700-800 ਜਣੇ ਹੋ, ਅਸੀਂ ਸਿਰਫ 32-35 ਜਣੇ ਸੀਗੇ ਫਰੋਮ ਆਲ ਓਵਰ ਦਾ ਵਰਲਡ। ਹਵਾਈ ਦੇ ਨੇੜੇ, ਹਵਾਈ ਆਈਲੈਂਡ ਦੇ ਨੇੜੇ ਇੱਕ ਹੋਰ ਟਾਪੂ ਸੀਗਾ ਜਿੱਥੋਂ ਕੁੜੀ ਸੀ, ਤੇ ਉਹ ਸਟੇਜ ਤੇ ਆਈ ਤੇ ਉਹ ਆਉਣ ਸਾਰ ਪਹਿਲਾ ਕੰਮ ਉਹਨੇ ਕੀਤਾ, ਫੁੱਟ ਫੁੱਟ ਕੇ ਰੋਈ ਜਿਵੇਂ ਉਹਦਾ ਦਿਲ ਟੁੱਟਾ ਹੁੰਦਾ ਬਲਦੀਪ ਵਾਂਗੂ। ਆਈ ਵਾਜ਼ ਸਰਪ੍ਰਾਈਜ਼, ਮੈਂ ਆਪਣੇ ਨੋਟਸ ਲੈ ਰਿਹਾ ਸੀ, ਅਗਲੀ ਵਾਰੀ ਮੇਰੀ ਆ ਵੀ ਫਟਾਫਟ ਕੁਛ ਲਿਖ ਲਵਾਂ। ਉਹ ਰੋਈ ਏਦਾਂ ਤਾਂ ਮੇਰਾ ਧਿਆਨ ਪਿਆ, ਹੋਇਆ ਕੀ ਹੈ? ਸ਼ੀ ਸੈਡ, ਮੇਰਾ ਦੇਸ਼ ਜਿਹੜਾ ਨਿੱਕਾ ਜਿਹਾ ਟਾਪੂ ਹੈ, ਉੱਥੇ 40-45 ਫੈਮਿਲੀਜ਼ ਰਹਿੰਦੀਆਂ ਤੇ ਉਹ ਡੁੱਬ ਰਿਹਾ, ਹਰ ਸਾਲ ਦੋ ਘਰ ਡੁੱਬ ਜਾਂਦੇ ਆ। ਐਂਡ ਆਈ ਵਾਜ਼ ਲਾਈਕ, ਅੱਛਾ ਪੰਜਾਬ ਤਾਂ ਕੋਈ ਫਾਇਦਾ ਚੱਕਰ ਹੀ ਕੋਈ ਨਹੀਂ ਹੈ, ਇੱਥੇ ਕਿਹੜਾ ਕੋਈ ਟਾਪੂ ਹੈ? ਸਾਡੇ ਕਿਹੜਾ ਕੋਈ ਪਾਣੀ ਆਉਣ ਲੱਗਾ ਸਮੁੰਦਰ ਦਾ, ਸੀ ਲੈਵਲ ਰਾਈਜ਼ ਹੁੰਦੇ ਹੋ ਜਾਣ, ਸਾਡਾ ਕਿਹੜਾ ਘਰ ਡੁੱਬਣਾ? ਭਾਈ ਤੀਸਰੇ ਘਰ ਆਪਣਾ ਘਰ ਆ, ਕੋਈ ਫਰਕ ਨਹੀਂ। ਉਹ ਹੋਰ ਰੋਈ, ਕਹਿੰਦੀ ਇਸ ਸਾਲ 3 ਘਰ ਹੋਰ ਡੁੱਬਣੇ ਜਿਹੜੇ ਨੇੜੇ ਨੇੜੇ ਨੇ, ਉਹਨਾਂ ਲਈ ਸਾਨੂੰ ਮਿੱਟੀ ਚਾਹੀਦੀ ਹੈ। ਆਈ ਸੈਡ, ਇਹ ਕਿੱਦਾਂ ਦਾ ਮੰਗਤਾ ਹੋਇਆ ਜਿਹੜਾ ਮਿੱਟੀ ਮੰਗ ਰਿਹਾ? ਬਟ ਦੈਟ ਵਾਜ਼ ਅ ਟਰੂ ਸਟੋਰੀ, ਕਿ ਮਿੱਟੀ ਮੰਗਣ ਦਾ ਕਾਰਨ ਇੰਨਾ ਜ਼ਿਆਦਾ ਸੀ ਉਹਦੇ ਕੋਲ, ਰੋ ਰਹੀ ਸੀ ਮੇਰੇ ਪਰਿਵਾਰ ਨੇ। ਉਹ 40 ਫੈਮਿਲੀਜ਼ ਹੁੰਦੀਆਂ ਕਿੰਨੀਆਂ ਨੇ ਯਾਰ, ਜਸਟ ਅ ਸਮਾਲ ਵਿਲੇਜ, ਉਹ ਡੁੱਬ ਰਹੇ ਤੇ ਉਹ ਮਿੱਟੀ ਮੰਗ ਰਹੀ ਸਾਰੇ ਦੇਸ਼ਾਂ ਤੋਂ, ਵੀ ਮੈਂ ਆਪਣੇ ਇੰਡੀਆ ਤੋਂ ਰਿਪ੍ਰੈਜੈਂਟੇਟਿਵ ਆਈ, ਹਾਂਗਕਾਂਗ ਤੋਂ, USA ਤੋਂ, ਕੋਈ ਚਾਈਨਾ ਤੋਂ, ਕੋਈ ਨੇਪਾਲ ਤੋਂ, ਸਾਰੇ ਪਾਸੇ ਯੰਗਸਟਰਸ ਆਏ, ਸਾਨੂੰ ਮਿੱਟੀ ਦਿਓ। ਮੈਂ ਕਿਹਾ ਸੁਭਾਸ਼ ਚੰਦਰ ਬੋਸ ਨੇ ਖੂਨ ਮੰਗਿਆ ਸੀ, ਮਿੱਟੀ ਮੰਗ ਰਹੀ ਹੈ ਆਪਣੇ ਦੇਸ਼ ਦੀ ਸੁਰੱਖਿਆ ਲਈ। ਸੋ ਦੈਟ ਵਾਜ਼ ਕਲਾਈਮੇਟ ਚੇਂਜ, ਮੈਨੂੰ ਪਹਿਲੀ ਵਾਰ ਪਤਾ ਲੱਗਿਆ ਵੀ ਯਾਰ ਇੰਨਾ ਵੱਡਾ ਕੰਮ ਹੋ ਸਕਦਾ ਹੈ, ਇਹ ਡਿਜ਼ਾਸਟਰ ਇੰਨਾ ਜ਼ਬਰਦਸਤ ਲੈਵਲ ਤੇ ਜਾ ਸਕਦਾ। ਸੋ ਦੈਟ ਇਜ਼ ਫਾਰ ਯੂ। ਪਰ ਪੰਜਾਬ ਦੇ ਵਿੱਚ ਕੀ ਹੋ ਰਿਹਾ?
ਇੱਥੇ ਤਾਂ ਹੜ ਆ ਸਕਦੇ ਆ, ਸੌਕਾ ਪੈ ਸਕਦਾ, ਪਾਣੀ ਦੀ ਕਮੀ ਹੋ ਸਕਦੀ ਆ, ਐਂਡ ਉਹਦਾ ਨਤੀਜਾ ਤੁਹਾਡੇ ਸਾਰਿਆਂ ਦੇ ਜਿੰਨੇ ਬੈਠੇ ਹੋ ਨਾ ਦਿਮਾਗ ਦੇ ਵਿੱਚ ਅਨਸਟੇਬਿਲਿਟੀ ਆਊਗੀ ਵੀ ਅਸੀਂ ਜਾਈਏ ਕਿੱਥੇ ਯਾਰ। ਤਾਂ ਤੁਹਾਡਾ ਪਹਿਲਾ ਆਂਸਰ ਉਹੀ ਹੋਣਾ ਜੋ ਬਲਦੀਪ ਨੇ ਕਿਹਾ ਸੀ, ਕੈਨੇਡਾ ਨੂੰ ਭੱਜੋ। ਕਿੱਧਰ ਨੂੰ ਭੱਜਣਾ? ਤੇ ਕਿੰਨਾ ਚਿਰ ਭਗੌੜਿਆਂ ਦੀ ਜ਼ਿੰਦਗੀ ਕਿੰਨਾ ਚਿਰ ਬਤੀਤ ਕਰਨੀ ਅਸੀਂ? ਸੋ ਇਹਨੂੰ ਰੋਕਣ ਲਈ ਅੱਜ ਕਦਮ ਚੁੱਕਣੇ ਪੈਣੇ ਆ। ਤੇ ਲਾਸਟ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਸਾਰਿਆਂ ਦੇ ਵਿੱਚ ਇੱਕ 16 ਸਾਲ ਦੀ ਕੁੜੀ ਹੋਰ ਵੀ ਹੈ ਅੱਜ, ਗ੍ਰੇਟਾ ਥਨਬਰਗ, ਜਿਹੜੀ ਸਵੀਡਨ ਦੇ ਵਿੱਚ ਬੈਠੀ ਇਸ ਟਾਈਮ। ਤੁਹਾਡੇ ਸਾਰਿਆਂ ਨੂੰ ਕਿਸੇ ਨੇ ਸੁਣਿਆ ਉਹਦੇ ਬਾਰੇ? ਐਨੀਵਨ? ਹਾਂਜੀ, 2, 3, 4, 5, ਬਸ 700 ਦੀ ਆਡੀਅੰਸ ਚੋਂ 5 ਜਣੇ ਜਾਣਦੇ ਆ ਕਿ ਇੱਕ ਯੰਗਸਟਰ ਦੀ ਪਾਵਰ ਕਿੰਨੀ ਹੈ। ਇਹ ਕੁੜੀ 2 ਸਾਲ ਪਹਿਲਾਂ ਸਵੀਡਨ ਦੇ ਪਾਰਲੀਮੈਂਟ ਦੇ ਅੱਗੇ ਬੈਠੀ ਧਰਨਾ ਲਾ ਕੇ। ਆਲ ਸ਼ੀ ਡਿਡ ਵਾਸ ਲੈਫਟ ਹਰ ਸਕੂਲ, ਸ਼ੀ ਵੈਂਟ ਔਨ ਸਕੂਲ ਸਟ੍ਰਾਈਕ ਟੂ ਅਟਰ ਹਰ ਅਰਜੈਂਸੀ ਅਬਾਊਟ ਕਲਾਈਮੇਟ ਚੇਂਜ। ਪਾਰਲੀਮੈਂਟ ਦੇ ਬਾਹਰ ਬਹਿ ਕੇ ਉਹਨੇ ਲਿਖ ਲਿਆ ਪੋਸਟਰ, ਵਾਟ ਆਰ ਯੂ ਡੂਇੰਗ, ਜਿਹੜੇ ਪਾਰਲੀਮੈਂਟੇਰੀਅਨ ਵੀ ਕੀ ਕੀਤਾ ਜਾ ਰਿਹਾ ਦੱਸੋ, ਯੂ ਆਰ ਆਨਸਰੇਬਲ ਟੂ ਮੀ। 1.5 ਸਾਲ ਦੇ ਵਿੱਚ ਉਹ 1 ਤੋਂ 1.2 ਮਿਲੀਅਨ ਬੱਚੇ ਹੋ ਗਏ ਉਹਦੇ ਨਾਲ ਸਕੂਲ ਸਟ੍ਰਾਈਕ ਦੇ ਵਿੱਚ। ਇਸ ਮਾਰਚ 2019 ਵਿੱਚ ਜਿਹੜੀ ਸਕੂਲ ਦੀ ਸਟ੍ਰਾਈਕ ਹੋਈ ਸੀ 112 ਕੰਟਰੀਜ਼ ਦੇ ਵਿੱਚ, ਗ੍ਰੈਟਾ ਥਨਬਰਗ ਦੀ ਇੱਕ ਕਾਲ ਦੇ ਉੱਤੇ ਉਹ 1.2 ਮਿਲੀਅਨ ਯਾਨੀ ਕਿ 11 ਲੱਖ ਦੇ ਕਰੀਬ ਬੱਚੇ ਸਕੂਲ ਤੋਂ ਬਾਹਰ ਆ ਕੇ ਉਸ ਦਿਨ ਸਕੂਲ ਨਹੀਂ ਗਏ ਤੇ ਹਰ ਸ਼ੁੱਕਰਵਾਰ ਇਹ ਕਰ ਰਹੇ ਨੇ, ਦੇ ਆਰ ਆਸਕਿੰਗ ਦੇਅਰ ਪਾਰਲੀਮੈਂਟਸ, ਦੇਅਰ ਗਵਰਨਮੈਂਟਸ, ਦੇਅਰ ਕਾਰਪੋਰੇਟਸ ਕਿ ਤੁਸੀਂ ਸਾਡੇ ਫਿਊਚਰ ਲਈ ਕੀ ਕਰ ਰਹੇ ਹੋ। ਯੂ ਆਰ ਅਨਸਰੇਬਲ ਐਂਡ ਵੀ ਵਿਲ ਐਕਟ, ਕ੍ਰੀਏਟ ਪਾਲਿਸੀਜ਼, ਵੀ ਵਿਲ ਐਕਟ, ਵੀ ਵਿਲ ਮੇਕ ਚੇਂਜ। ਅੱਜ ਤੁਹਾਡੇ ਤੇ ਹੈ, ਯੂ ਆਰ ਦਾ ਇਨੀਸ਼ੀਏਟਰਸ ਆਫ ਚੇਂਜ। ਆਈ ਲੀਵ ਇਟ ਟੂ ਯੂ। ਥੈਂਕ ਯੂ। ਥੈਂਕ ਯੂ ਸੋ ਮਚ ਸਰ। ਆਲ ਦਿ ਬੈਸਟ ਟੂ ਕੈਨ ਟੇਕ ਅ ਸੀਟ। ਥੈਂਕ ਯੂ।